ਸਤਿ ਸ਼੍ਰੀ ਅਕਾਲ ਜੀ ਸਟੱਡੀ ਪੰਜਾਬ ਚੈਨਲ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਪੀ ਡੀਪੀਐਸਬੀ ਦੀ ਸਾਈਡ ਦੇ ਉੱਤੇ ਇੱਕ ਨੋਟੀਫਿਕੇਸ਼ਨ ਆਇਆ ਉਹਦੇ ਰਿਗਾਰਡਿੰਗ ਤੁਹਾਨੂੰ ਇਨਫੋਰਮੇਸ਼ਨ ਦੇਣੀ ਸੀ ਕੀ ਨੋਟੀਫਿਕੇਸ਼ਨਾਂ ਦੇਖੋ ਇਹ ਇੱਕ ਜਨਤਕ ਨੋਟਿਸ ਹੈ ਕੀ ਲਿਖਿਆ ਇਹਦੇ ਵਿੱਚ ਅਦੀਨ ਸੇਵਾਮਾਂ ਚੋਨ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 2 ਆਫ 2022 ਰਾਹੀਂ ਪ੍ਰਕਾਸ਼ਿਤ ਕਲਰਕ ਲੀਗਲ ਦੀਆਂ ਅਸਾਮੀਆਂ ਦੀ ਸਿੱਧੀ ਭਰਤੀ ਲਈ ਲਿਖਤੀ ਪ੍ਰੀਖਿਆ ਮਿਤੀ 8 ਜੁਲਾਈ 2023 ਨੂੰ ਲਈ ਜਾਣੀ ਹੈ ਠੀਕ ਹੈ ਜੀ ਜਿਹੜੀ ਕਲਰਕ ਲੀਗਲ ਦੀ ਅਸਾਮੀਆਂ ਦੀ ਸਿੱਧੀ ਭਰਤੀ ਆ ਇਹਦੇ ਵਾਸਤੇ ਜੋ ਲਿਖਤੀ ਪ੍ਰੀਖਿਆ ਉਹ 8 ਜੁਲਾਈ ਨੂੰ ਲਈ ਜਾਣੀ ਹੈ ਦਿਵਿਆਂਗਾਂ ਜਾਂ ਜੋ ਫਿਜ਼ੀਕਲੀ ਹੈਂਡੀਕੈਪਟ ਨੇ ਮਤਲਬ ਜਿਨ੍ਹਾਂ ਨੇ ਫਿਜ਼ੀਕਲ ਹੈਂਡੀਕੈਪਟ ਦੀ ਕੈਟਾਗਰੀ ਦੇ ਵਿੱਚ ਅਪਲਾਈ ਕੀਤਾ ਉਹਨਾਂ ਲਈ ਇਨਫੋਰਮੇਸ਼ਨ ਆ ਇਹ ਕਿ ਫਿਜ਼ੀਕਲ ਹੈਂਡੀਕੈਪਟ ਦੀ ਕੈਟਾਗਰੀ ਵਿੱਚ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 8 ਜੁਲਾਈ 2023 ਨੂੰ ਲਈ ਜਾਣ ਵਾਲੀ ਲਿਖਤੀ ਪ੍ਰੀਖਿਆ ਵਿੱਚ ਸਿਰਫ ਉਹਨਾਂ ਉਮੀਦਵਾਰਾਂ ਨੂੰ ਹੀ ਸक्राइब ਲੈਣ ਦੀ ਆਗਿਆ ਦਿੱਤੀ ਜਾਵੇਗੀ ਸक्राइब ਜੋ ਮਤਲਬ ਲਿਖਾਰੀ ਠੀਕ ਹੈ ਉਹਨਾਂ ਨੂੰ ਹੀ ਇਹ ਆਗਿਆ ਦਿੱਤੀ ਜਾਵੇਗੀ ਕਿੰਨਾਂ ਨੂੰ ਦਿੱਤੀ ਜਾਵੇ ਕਿ ਜਿਹੜੇ ਉਮੀਦਵਾਰਾਂ ਲੋ ਵੱਲੋਂ ਆਪਣੀ ਪ੍ਰਤੀਵੇਨਤੀ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਏਮਪਾਵਰਮੈਂਟ ਡਿਪਾਰਟਮੈਂਟ ਆਫ ਏਮਪਾਵਰਮੈਂਟ ਆਫ ਪਰਸਨਸ ਵਿਦ ਡਿਸੇਬਿਲिटीज ਠੀਕ ਹੈ ਜੀ ਅ ਪ੍ਰਤੀ ਬੇਨਤੀ ਇਹ ਜਿਹੜੀ ਮਤਲਬ ਇਸ ਜੋ ਵੀ ਇਹ ਡਿਪਾਰਟਮੈਂਟ ਵਗੈਰਾ ਲਿਖੇ ਹੋਏ ਨੇ ਇਹਨਾਂ ਦੇ ਵਿੱਚ ਦਰਜ ਹਦਾਇਤਾਂ ਅਨੁਸਾਰ ਪਰਫਾਰਮੇ ਮਤਲਬ ਅਨੇਕਚਰ ਜੋ ਨੀਚੇ ਪਰਫਾਰਮਾ ਦਿੱਤਾ ਹੈ ਹਰ ਪੱਖੋਂ ਮੁਕੰਮਲ ਕਰਦੇ ਹੋਏ ਮਿਤੀ 6 ਜੁਲਾਈ 2023 ਦੁਪਹਿਰ 2 ਵਜੇ ਤੱਕ ਬੋਰਡ ਦੇ ਦਫ਼ਤਰ ਵਿੱਚ ਦਸਤੀ ਪੇਸ਼ ਕੀਤੀ ਜਾਵੇਗੀ ਠੀਕ ਹੈ ਜੀ ਇਹ ਪਰਫਾਰਮਾ ਜਿਹੜਾ ਭਰ ਕੇ ਪੇਸ਼ ਕਰਨਾ ਹੈ ਇਸ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਪ੍ਰਤੀ ਬੇਨਤੀਆਂ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ ਪ੍ਰੀਖਿਆ ਕੇਂਦਰ ਵਿੱਚ ਸਿੱਧੇ ਤੌਰ ਤੇ ਸਕ੍ਰਾਈਬ ਦੀ ਮੰਗ ਕਰਨ ਵਾਲੇ ਉਮੀਦਵਾਰਾਂ ਨੂੰ ਅਜਿਹੀ ਕੋਈ ਸਹੂਲਤ ਨਹੀਂ ਦਿੱਤੀ ਜਾਵੇਗੀ ਪ੍ਰੀਖਿਆ ਕੇਂਦਰ ਦੇ ਵਿੱਚ ਅਗਰ ਕੋਈ ਹਨਾ ਫਿਜ਼ੀਕਲੀ ਕੈਂਡੀ ਹੈਂਡੀਕੈਪਡ ਜੋ ਉਮੀਦਵਾਰ ਹੈ ਉਹ ਕੋਈ ਸਕ੍ਰਾਈਬ ਦੀ ਮੰਗ ਕਰਦਾ ਸਿੱਧੇ ਤੌਰ ਤੇ ਤਾਂ ਉਹਨਾਂ ਨੂੰ ਕੋਈ ਅਜਿਹੀ ਸਹੂਲਤ ਨਹੀਂ ਦਿੱਤੀ ਜਾਵੇਗੀ ਉਕਤ ਤੋਂ ਇਲਾਵਾ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਸਕ੍ਰਾਈਬ ਲੈਣ ਸੰਬੰਧੀ ਪ੍ਰਤੀ ਬੇਨਤੀ ਵਿੱਚ ਦਰਜ ਤੱਥ ਅਤੇ ਨਾਲ ਨੱਥੀ ਦਸਤਾਵੇਜ਼ਾਂ ਵਿੱਚੋਂ ਜੇਕਰ ਕੋਈ ਤੱਥ ਦਸਤਾਵੇਜ਼ ਕਿਸੇ ਵੀ ਸਟੇਜ ਤੇ ਗਲਤ ਪਾਇਆ ਜਾਂਦਾ ਹੈ ਤਾਂ ਉਮੀਦਵਾਰਾਂ ਦੀ ਪਾਤਰਤਾ ਰੱਦ ਕਰਦੇ ਹੋਏ ਬੰਦੀ ਕਾਨੂੰਨੀ ਕਾਰਵਾਈ ਸ਼ੁਰੂੀ ਜਾਵੇਗੀ ਠੀਕ ਹੈ ਜੀ ਇਹ ਨੋਟੀਫਿਕੇਸ਼ਨ ਆਇਆ ਹੈ ਤੇ ਕਿੰਨਾ ਵਾਸਤੇ ਫਿਜ਼ੀਕਲੀ ਹੈਂਡੀਕੈਪਡ ਜੋ ਜਿਨ੍ਹਾਂ ਨੇ ਮਤਲਬ ਕਿ ਇਸ ਵਾਸਤੇ ਕਲਰਕ ਦੀ ਸਿੱਧੀ ਭਰਤੀ ਵਾਸਤੇ ਜੋ ਲੀਗਲ ਕਲਰਕ ਦੀ ਭਰਤੀ ਵਾਸਤੇ ਅਪਲਾਈ ਕੀਤਾ ਜਿਨ੍ਹਾਂ ਨੇ ਉਹਨਾਂ ਦਾ ਪੇਪਰ 8 ਜੁਲਾਈ ਨੂੰ ਹੈ 2023 8 ਜੁਲਾਈ ਨੂੰ ਤੇ نیچے ਇਹਨਾਂ ਨੇ ਇਹ ਦਿੱਤਾਗਾ ਜੋ ਠੀਕ ਹੈ ਇਹ ਇਹ ਨੈਕਸਚਰ ਭਰ ਕੇ ਦੇਣਾ ਨੈਕਸਚਰ ਏ ਇਹ ਭਰ ਕੇ ਦੇਣਾਗਾ ਤੇ ਉਸ ਦਫਤਰ ਦੇ ਵਿੱਚ ਜਮਾ ਕਰਵਾਉਣਾਗਾ ਤੇ نیچے ਇਹਦੇ ਨਾਲ ਉਮੀਦਵਾਰਾਂ ਵੱਲੋਂ ਆਪਣੀ ਪ੍ਰਤੀ ਬੇਨਤੀ ਨਾਲ ਨੱਥੀ ਕੀਤੇ ਜਾਣ ਵਾਲੇ ਦਸਤਾਵੇਜ਼ਾਂ ਦੀ ਸੂਚੀ ਕੀ ਕੀ ਹੈ ਸਬਸਕ੍ਰਾਈਬ ਲਾਈਨਸ ਵੱਲੋਂ ਦੀ ਪ੍ਰਤੀ ਬੇਨਤੀ ਨੈਕਸਚਰ ਏ ਅਨੁਸਾਰ ਸਮਰੱਥ ਅਧਿਕਾਰੀ ਵੱਲੋਂ ਜਾਰੀ ਕੀਤਾ ਹੋਇਆ ਸਰਟੀਫਿਕੇਟ ਸਮਰੱਥਾ ਅਧਿਕਾਰੀ ਵੱਲੋਂ ਜਾਰੀ ਕੀਤਾ ਹੋਇਆ ਡਿਸੇਬਿਲਿਟੀ ਸਰਟੀਫਿਕੇਟ ਸक्राइब ਦੀ ਜਨਮ ਮਿਤੀ ਅਤੇ ਸਬੂਤ ਵੱਲੋਂ میٹرਿਕ ਦੇ ਸਰਟੀਫਿਕੇਟ ਦੀ ਕਾਪੀ ਉਮੀਦਵਾਰਾਂ ਵੱਲੋਂ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਅਸਾਮੀ ਲਈ ਅਪਲਾਈ ਕੀਤੇ ਐਪਲੀਕੇਸ਼ਨ ਫਾਰਮ ਦੀ ਕਾਪੀ ਇਹ ਸਾਰਾ ਕੁਝ ਹੈ ਜਿਹੜਾ ਉਹਦੇ ਨਾਲ ਜਮਾ ਕਰਵਾਉਣਾ ਹੈਗਾ ਨੀਚੇ ਨੋਟ ਦਿੱਤਾ ਇੱਕ ਸक्राइब ਲੈਂਡ ਸੰਬੰਧੀ ਪ੍ਰਤੀ ਬੇਨਤੀ ਵਿੱਚ ਦਰਜ ਤੱਥ ਅਤੇ ਨਾਲ ਨੱਥੀ ਦਸਤਾਵੇਜ਼ਾਂ ਵਿੱਚੋਂ ਜੇਕਰ ਕੋਈ ਵੀ ਤੱਥ ਦਸਤਾਵੇਜ਼ ਕਿਸੇ ਵੀ ਸਟੇਟ ਤੇ ਗਲਤ ਪਾਇਆ ਜਾਂਦਾ ਹੈ ਤਾਂ ਉਮੀਦਵਾਰਾਂ ਦੀ ਪਾਤਰਤਾ ਰੱਦ ਕਰਦੇ ਹੋਏ ਕਾਨੂੰਨੀ ਕਾਰਵਾਈ ਆਰੰਭ ਕੀਤੀ ਜਾਵੇਗੀ ਇਹ ਨੋਟੀਫਿਕੇਸ਼ਨ ਆਇਆ ਸੀਗਾ ਤੇ ਕਾਦੇ ਬਾਰੇ ਆ ਇਹ ਮਤਲਬ ਜੋ ਵੀ ਕਲਰਕ ਦੀ ਭਰਤੀ ਦੇ ਲਈ ਜੋ ਲਿਖਤੀ ਪ੍ਰੀਖਿਆ ਹੋਣੀ ਆ ਉਹਦੇ ਬਾਰੇ ਫਿਜ਼ੀਕਲੀ ਹੈਂਡੀਕੈਪਡ ਦੀ ਕੈਟਾਗਰੀ ਬਾਰੇ ਸਪੈਸ਼ਲ ਨੋਟਿਸ ਸੀਗਾ ਇਹ ਇਹਦੇ ਬਾਰੇ ਤੁਹਾਨੂੰ ਇਨਫੋਰਮੇਸ਼ਨ ਦੇਣੀ ਸੀ